ਉਹ ਚੁੰਨੀ ਜਿੰਨੀ ਚੁੰਨੀ ਹੋਣੀ ਤੇ ਮੇਰੀ ਧੀ ਉਦਾਂ ਹੀ ਲੰਮੀ ਆ ਜਿੱਦਾਂ ਗੱਡੀ ਸਾਡੇ ਮੋਟਰਸਾਈਕਲ ਦਿੱਤਾ ਮੈਂ ਹਾਂ रामपुरे का बंदा उन्हें इन्होंने मरल के मारी उन्हें कह गया आप घरों निकल गई जो बंदे सद के मरवाई मेरी धी मगर कली गारी मगर फोन करता रामपुरे के बंद ने नाल हो गए मेरी धी मारी जो ओ करा गे अपनी धी बात की मंग ही उन्होंने इन्हों की मंग तो मेनु 24 साल पता नहीं लगा कदी को कदी को मैं भरा बुझे मम्मा मेनु आ दे दे मम्मा मेनु आ दे दे मैं पुत कोई नी दे देनी दो किले मेरी जमीन आ सिर्फ मैं दोवां किल्यां दे अपनी धी नू हर एक चीज दिंदी रही हां डैडी तेरे को चल गया मैं अपने आप नू गोली मार लेनी है इदा दा डरावा रखे आई डरा तो मुका के रखा गया ठीक है ਉਹ ਵੀ ਨਹੀਂ ਚੰਗਾ ਬੋਲਦਾ ਹੁੰਦਾ ਉਹਨੇ ਮਾਸਾ ਮਾਸਾ ਜਿੰਨੀ ਗੱਲ ਤੋਂ ਲੜਾਈ ਕਰਨੀ ਬਸ ਇਹਲਾ ਗੱਡੀ ਮੰਗਦੇ ਹੋਏ ਗੱਡੀਆਂ ਗੱਡੀ ਸਾਡੇ ਮੋਟਰਸਾਈਕਲ ਦਿੱਤਾ ਮੈਂ ਹਾਂ ਲੈ ਮੋਟਰਸਾਈਕਲ ਨਾ ਕੀ ਕਰ ਜਾਣਾ ਤਾਂ ਹੁਣ ਗੱਡੀਆਂ ਤੋਂ ਗੱਡੀਆਂ ਤੋਂ ਕੀ ਤੱਕ ਕੀ ਮੰਗਦੇ ਸੀ ਇਰਖੋ ਵੀ ਕੀ ਮੰਗਦੇ ਗੱਡੀ ਨਾ ਮਿਲਤੇ ਮਾਰਿਆ ਗਿਆ ਇਹੋ ਦਾਸ ਤੋਂ ਮਾਰਤਾ ਇਹਨਾਂ ਨੇ ਹੁਣ ਮੇਰਾ ਭਤੀਆ ਮਰਿਆ ਜੇ ਸੀਂਜ ਦਾ ਜਵਾਨ ਭਤੀਆ ਮਰਿਆ ਤੇ ਇਹਨੂੰ ਪਾਰਟੀਆਂ ਦੀ ਅੱਗ ਲੱਗੀ ਆਂਦੀ ਲੋਹੜੀ ਵਾਲੇ ਦਿਨ ਮੈਂ ਪਾਰਟੀ ਕਰਨੀ ਆ ਮੈਂ ਕਿਹਾ ਨਹੀਂ ਮੇਰਾ ਵੀਰ ਕਿਦਾਂ ਆਊਗਾ ਕੀ ਮੰਗ ਤੁਹਾਡੀ ਤੁਹਾਡੀ ਮੰਗ ਕੀ ਹੈ ਮੰਗ ਮੇਰੀ ਇਹ ਮੇਰੀ ਧੀ ਨਹੀਂ ਮੈਨੂੰ ਮਿਲਣੀ ਅੰਤਰੇ ਤਾਂ ਫੇਰ ਘਰ ਆ ਜਾਣਗੇ ਮੇਰੀ ਧੀ ਨਹੀਂ ਮਿਲਣੀ ਇਹਨਾਂ ਅੰਤਰਿਆਂ ਨੇ ਮਾਰਤੀ ਬੇੜਾ ਗਰਕਣਿਆਂ ਨੇ ਆਏ ਮਾਂ ਮਰ ਜੇ ਮੇਰੀ ਧੀ ਆਨੇ ਨਹੀਂ ਮਮਾ ਮੈਨੂੰ ਇਹਨੇ ਵਿਆਹ ਦੇ ਹਾਲੀ ਧੀ ਨਹੀਂ ਰਹੀ ਤੇ ਇਹਨਾਂ ਦਾ ਕੋਈ ਲੈਣਾ ਚਾਹੀਦਾ ਗੱਲਾਂ ਸਾਰੇ ਦਿਲੇ ਜਾਣ ਇੱਕ ਮਿੰਟ ਮੈਂ ਨਹੀਂ ਪੁੱਤ ਤੁਸੀਂ ਕੋਰ ਕਰਦੇ ਰਹਿੰਦੇ ਕੀ ਆਂਦੀ ਹੈ ਤੇ ਮੁੜ ਕੇ ਮੈਨੂੰ ਆਂਦੀ ਹੈ ਕਿ ਮੰਮੀ ਜਸਪ੍ਰੀਤ ਚੰਗਾ ਨਹੀਂ ਬੋਲਦਾ ਮੈਂ ਕੋਈ ਗੱਲ ਨਹੀਂ ਪੁੱਤ ਫਿਰ ਵੀ ਚੰਗਾ ਨਹੀਂ ਬੋਲਦਾ ਵਿਆਹ ਹੋ ਗਿਆ ਸਭ ਤੋਂ ਠੀਕ ਹੋ ਜਾਂਦਾ ਹੁੰਦਾ ਵਾ ਅਸੀਂ ਤੇ ਆਪਣਾ ਢੇਡ ਹੀ ਟੱਕਦੇ ਰਹੇ ਕਿ ਕੋਈ ਗੱਲ ਨਹੀਂ ਚੰਗੇ ਘਰ ਦੀ ਸੀ ਤੇ ਚੰਗੀਆਂ ਗੱਲਾਂ ਕਰਦੀ ਜੇ ਮਾੜੇ ਘਰ ਦੀ ਹੈ ਨਾ ਗੰਦੀ ਵਰਗੀ